ਸਤਿ ਸ਼੍ਰੀ ਅਕਾਲ ਜੀ ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ ਅੱਜ ਆਪਾਂ ਲੈ ਕੇ ਆਏ ਹਾਂ ਅਗਲਾ ਆਪਣਾ ਨੈਕਸਟ ਪਾਰਟ ਜਿਹੜਾ ਕਿ ਆਪਾਂ ਬਾਅਦ ਟੈਂਡਰ ਐਗਜ਼ਾਮ ਦੇ ਲਈ ਸਾਇੰਸ ਦੇ MCQ ਕਰ ਰਹੇ ਹਾਂ ਤਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਸਟ ਮੈਂ ਤੁਹਾਡੇ ਇੱਕ ਦੋ ਮਿੰਟ ਲਵਾਂਗਾ ਅੱਜ ਬੜੀ ਖਾਸ ਗੱਲ ਕਰਨੀ ਆ ਤੁਹਾਡੇ ਨਾਲ ਮੈਨੂੰ ਨਾ ਕਾਫੀ ਮੈਸੇਜ ਆਉਂਦੇ ਆਏ ਕਮੈਂਟ ਵੀ ਇੱਕ ਦੋ ਮੈਂ ਪੜੇ ਜ਼ਿਆਦਾਤਰ ਨਹੀਂ ਮਿਲ ਤਿੰਨ ਚਾਰ ਕਮੈਂਟ ਆਇਆ ਇੱਕ ਦੋ ਮੈਸੇਜ ਆਏ ਮੈਨੂੰ ਕਿ ਸਰ ਤੁਸੀਂ ਨਾ ਡਾਇਰੈਕਟ ਆਨਸਰ ਬੋਲ ਦਿਆ ਕਰੋ ਸਾਰੀਆਂ ਆਪਸ਼ਨਾਂ ਨਾ ਬੋਲਿਆ ਕਰੋ ਟਾਈਮ ਵੇਸਟ ਹੁੰਦਾ ਹੈ ਤਾਂ ਰਾਜੇ ਮੈਂ ਦੇਖੋ ਅੱਜ ਤੋਂ ਬਾਅਦ ਡਾਇਰੈਕਟ ਆਨਸਰ ਹੀ ਬੋਲਿਆ ਕਰੂੰਗਾ ਤੇ ਪੀਡੀਐਫ ਦੇ ਵਿੱਚ ਤੁਹਾਨੂੰ ਆਨਸਰ ਹਾਈਲਾਈਟ ਕਰਕੇ ਦਿਆ ਕਰੂੰਗਾ ਹੈਗੀ ਇਹ ਰੋਂਗ ਅਪਰੋਚ ਹੈ ਪਰ ਮੈਂ ਇਹੀ ਕਰਨਾ ਉਹਦਾ ਰੀਜ਼ਨ ਇਹ ਹੈ ਕਿ ਦੇਖੋ ਪਹਿਲੀ ਗੱਲ ਕਿਸੇ ਨੇ ਕਮੈਂਟ ਲਿਖਿਆ ਕਿ ਸਰ ਵੀ ਤੁਸੀਂ ਡਾਇਰੈਕਟ ਆਨਸਰ ਬੋਲ ਦਿਆ ਕਰੋ ਕਿਉਂਕਿ ਇਦਾਂ ਲੱਗਦਾ ਜਿਵੇਂ ਤੁਸੀਂ ਵਿਊਜ਼ ਲੈਂਡ ਦੇ ਲਈ ਕੀ ਹੈ ਵੀ ਤੁਸੀਂ ਆਨਸਰ ਨਹੀਂ ਹਾਈਲਾਈਟ ਕਰਦੇ ਤਾਂ ਆਨਸਰ ਤਾਂ ਮੈਂ ਹਾਈਲਾਈਟ ਕਰਨੇ ਨਹੀਂ ਕਿਉਂਕਿ ਇਹ ਹੈਗੀ ਆ ਰੋਂਗ ਅਪਰੋਚ ਤੇ ਰੋਂਗ ਅਪਰੋਚ ਮੈਂ ਦੇ ਵੱਲ ਮੈਂ ਕਦੇ ਨਾ ਤਾਂ ਸਟੂਡੈਂਟ ਨੂੰ ਲੈ ਕੇ ਜਾਵਾਂ ਤੇ ਨਾ ਹੀ ਕਦੇ ਆਵਾਂ ਜਾਵਾਂ ਹਾਂ ਤੁਹਾਨੂੰ ਪੀਡੀਐਫ ਦੇ ਵਿੱਚ ਆਨਸਰ ਹਾਈਲਾਈਟ ਕੀਤੇ ਮਿਲਣਗੇ ਮੇਰੀ ਗਾਰੰਟੀ ਹੈ ਦੂਜੀ ਗੱਲ ਇਹ ਡਾਇਰੈਕਟ ਜਿਹੜੀ ਮੈਂ ਆਨਸਰ ਬੋਲੂਗਾ ਉਹ ਹੈਗੀ ਆ ਰੋਂਗ ਅਪਰੋਚ ਪਰ ਫਿਰ ਵੀ ਮੈਂ ਉਹ ਹੁਣ ਇੱਥੇ ਤਾਂ ਕਰਨ ਜਾ ਰਿਹਾ ਕਿਉਂਕਿ ਤੁਹਾਨੂੰ ਇਹ ਨਾ ਲੱਗੇ ਕਿ ਮੈਂ ਵਿਊਜ਼ ਲੈਣ ਦਾ ਮਾਰਾ ਜਾਂ ਟਾਈਮ ਵਧਾਉਣ ਦਾ ਮਾਰਾ ਵੀਡੀਓ ਤਾਂ ਤਾਂ ਕਰਦਾ ਤਾਂ ਰਾਜ ਇੱਕ ਗੱਲ ਕਲੀਅਰ ਹੈ ਕਿ ਇਹ ਚੈਨਲ ਆਪਾਂ ਨਾਂ ਦਾ ਕੋਈ ਵਿਊਜ਼ ਲੈਣ ਵਾਸਤੇ ਨਾ ਲਾਈਕ ਕਰਨ ਵਾਸਤੇ ਨਾ ਸ਼ੇਅਰ ਕਰਨ ਵਾਸਤੇ ਬਣਾਇਆ ਇਹ ਹੈਗਾ ਸਟੂਡੈਂਟ ਦੀ ਹੈਲਪ ਵਾਸਤੇ ਤਾਂ ਆਪਾਂ ਇਹ ਹੈਲਪ ਦੇ ਪਰਪਸ ਵਾਸਤੇ ਬਣਾਇਆ ਹੋਇਆ ਤੁਸੀਂ ਚਾਹੇ ਵੀਡੀਓ ਐਂਡ ਤੱਕ ਦੇਖੋ ਚੰਗੀ ਲੱਗੇ ਨਾ ਲੱਗੇ ਲਾਈਕ ਕਰੋ ਨਾ ਕਰੋ ਸ਼ੇਅਰ ਕਰਨਾ ਨਾ ਕਰਨਾ ਆਪਾਂ ਤੁਹਾਨੂੰ ਕੁਝ ਨਹੀਂ ਕਹਿੰਦੇ ਉਹ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਪਰ ਮੈਂ ਸਾਰੀਆਂ ਆਪਸ਼ਨਾਂ ਬੋਲਣ ਨੂੰ ਪੜਨ ਨੂੰ ਤਾਂ ਕਹਿਣਾ ਹੁੰਦਾ ਕਿਉਂਕਿ ਹਰ ਇੱਕ ਆਪਸ਼ਨ ਦੇ ਬਾਰੇ ਨੌਲੇਜ ਹੋਣੀ ਜ਼ਰੂਰੀ ਹੈ ਜਦੋਂ ਨਹੀਂ ਵਾਲਾ ਕੁਐਸਚਨ ਆਊਗਾ ਜੇ ਤੁਸੀਂ ਸਾਰੀਆਂ ਆਪਸ਼ਨਾਂ ਨਾਂ ਪੜਨ ਦੀ ਆਤ ਪਾਤੀ ਤੁਸੀਂ ਪੇਪਰ ਦੇ ਵਿੱਚ ਇਹ ਚੀਜ਼ ਗਲਤ ਕਰਕੇ ਆਉਂਗੇ ਹੀ ਆਉਂਗੇ ਇਹ ਤੁਹਾਨੂੰ ਹੁਣ ਨਹੀਂ ਪਤਾ ਲੱਗੂਗਾ ਪੇਪਰ ਦੇਣ ਤੋਂ ਬਾਅਦ ਬਾਅਦ ਚੱਲੂਗਾ ਜਦੋਂ ਤੁਸੀਂ ਗਲਤੀ ਕਰੋਗੇ ਠੀਕ ਹੈ ਤੇ ਦੂਜਾ ਕੀ ਕਹਿੰਦੇ ਵੀ ਪਹਿਲਾਂ ਟਾਈਮ ਹੁੰਦਾ ਸੀ ਜਦੋਂ ਕਿ ਬੱਚੇ ਸੁਣਦੇ ਸੀ ਤੇ ਟੀਚਰ ਬੋਲਦਾ ਸੀ ਤੇ ਹੁਣ ਹੈਗਾ ਜਮਾਨਾ ਉਲਟ ਬੱਚੇ ਕਹਿੰਦੇ ਆ ਵੀ ਆਹ ਕਰੋ ਟੀਚਰ ਨੂੰ ਉਹ ਕਰਨਾ ਪੈਂਦਾ ਤੇ ਮੈਨੂੰ ਵੀ ਲੱਗਦਾ ਸ਼ਾਇਦ ਕਿ ਮੈਨੂੰ ਕਰਨ ਦੇਣਾ ਚਾਹੀਦਾ ਹੈ ਬਾਕੀ ਤੁਸੀਂ ਆਪਣੇ ਵਿਊਜ਼ ਜੇ ਤੁਹਾਨੂੰ ਲੱਗੇ ਕੋਈ ਕਮੀ ਪੇਸ਼ੀ ਜਾਂ ਇਹ ਇਦਾਂ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਤੁਸੀਂ ਕਮੈਂਟ ਬਾਕਸ 'ਚ ਲਿਖ ਸਕਦੇ ਹੋ ਅੱਜ ਤੋਂ ਬਾਅਦ ਨੋ ਟਾਈਮ ਵਾਸਟੇਜ ਡਾਇਰੈਕਟ ਅਪਾਂ ਅਨਸਰ ਬੋਲਾਂਗੇ ਤਿਰਪਾ ਅੱਗੇ ਬੰਨ ਦੀ ਵਾਤ ਤੋਂ ਵਾਤ 15-20 ਮਿੰਟ ਦੀ ਵੀਡੀਓ ਹੁਣ ਬਣ ਜਾ ਕਰੇਗੀ 5-7 ਜਾਂ 8 ਦਵਾ ਤੋਂ ਵਾਤ 10 ਮਿੰਟ ਦੀ ਰਾਈਟ ਅੱਜ ਦੇ ਆਪਾਂ 25 ਕੁਐਸਚਨ ਕਰਨ ਜਾ ਰਹੇ ਹਾਂ ਸਾਰੇ ਵਿਟਾਮਿਨਾਂ ਦੇ ਉੱਪਰ ਨੇ ਜ਼ਿਆਦਾਤਰ ਕਿਉਂਕਿ ਵਿਟਾਮਿਨ ਤੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ ਹਰ ਇੱਕ ਸਾਇੰਸ ਦਾ ਜਿਹੜਾ ਕੋਈ ਵੀ ਐਂਟਰਸ ਹੁੰਦਾ ਜਾਂ ਕੋਈ ਸਾਇੰਸ ਦੇ ਰਿਲੇਟਿਡ ਪੰਜਾਬ ਸਰਕਾਰ ਦਾ ਪੇਪਰ ਹੁੰਦਾ ਸਟਾਰਟ ਕਰਦੇ ਹਾਂ ਰਾਜੇ ਪਹਿਲੀ ਗੱਲ ਪੁੱਛ ਰਿਹਾ ਕਹਿੰਦਾ ਵਿਟਾਮਿਨ ਸੀ ਦੇ ਸਰੋਤਾਂ ਦੇ ਵਿੱਚ ਕੀ ਸ਼ਾਮਲ ਨਹੀਂ ਹੈ ਦੇਖੋ ਹੁਣ ਨਹੀਂ ਦੀ ਗੱਲ ਆ ਗਈ ਹੁਣ ਮੈਂ ਕਿਵੇਂ ਡਾਇਰੈਕਟ ਕਹਿਦਾ ਮਾਂ ਵੀ ਇਹ ਆਨਸਰ ਹੈ ਤਾਂ ਨਹੀਂ ਆਸਤੇ ਤਾਂ ਪੜ੍ਹਨਾ ਹੀ ਪਊਗਾ ਨਾ ਕਿ ਨਹੀਂ ਨਹੀਂ ਆਨਸਰ ਦੇਣਾ ਆਪਾਂ ਤਾਂ ਸਾਰਾ ਕੁਝ ਆਪਾਂ ਨੂੰ ਪੜ੍ਹਨਾ ਪਊਗਾ ਤਾਂ ਹੀ ਆਪਾਂ ਉਹਦੇ ਵਿੱਚੋਂ ਨਹੀਂ ਵਾਲਾ ਸਿਲੈਕਟ ਕਰਾਂਗੇ ਨਾਟ ਵਾਲਾ ਸਿਲੈਕਟ ਕਰਾਂਗੇ ਤਾਂ ਪਹਿਲੀ ਚੀਜ਼ ਪੜ੍ਹ ਲੈਣੇ ਕਹਿੰਦਾ ਵਿਟਾਮਿਨ ਸੀ ਦੇ ਵਿੱਚ ਸੂਰਜ ਦੀਆਂ ਕਿਰਨਾਂ ਫਾਲ ਹੋਗੇ ਨਿੰਬੂ ਹੋਗੇ ਹਰੇ ਪੱਤੇਦਾਰ ਸਬਜ਼ੀਆਂ ਤਾਂ ਰਾਜੇ ਹਰੇ ਪੱਤੇਦਾਰ ਸਬਜ਼ੀਆਂ ਫਾਲ ਤੇ ਨਿੰਬੂ ਜਿਨ੍ਹਾਂ ਵਿੱਚ ਸਿਟ੍ਰਿਕ ਐਸਿਡ ਵਗੈਰਾ ਹੁੰਦਾ ਉਹਨਾਂ ਵਿੱਚ ਤਾਂ ਵਿਟਾਮਿਨ ਸੀ ਪਾਇਆ ਹੀ ਜਾਂਦਾ ਹੈ ਤਾਂ ਸੂਰਜ ਦੀਆਂ ਕਿਰਨਾਂ ਦੇ ਵਿੱਚ ਨਹੀਂ ਪਾਇਆ ਜਾਂਦਾ ਤਾਂ ਰਾਈਟ ਆਨਸਰ ਕੀ ਹੋ ਜੂਗਾ ਏ ਕਿਉਂਕਿ ਸੂਰਜ ਦੇ ਕਿਰਨਾਂ ਤੋਂ ਕੀ ਪਾਇਆ ਜਾਂਦਾ ਹੈ ਵਿਟਾਮਿਨ ਡੀ ਨੈਕਸਟ ਗੱਲ ਕਰਦੇ ਆਪਾਂ ਕਹਿੰਦਾ ਵਿਟਾਮਿਨ ਸੀ 8 ਲਿਖਿਆਂ ਵਿੱਚੋਂ ਕਿਹੜੇ ਹੋਰ ਕਿਸੇ ਨਾਮ ਦੇ ਤੌਰ ਤੇ ਜਾਣਿਆ ਜਾਂਦਾ ਹੈ ਤਾਂ ਹਰ ਇੱਕ ਵਿਟਾਮਿਨ ਦਾ ਇੱਕ ਵਿਗਿਆਨਿਕ ਨਾਮ ਹੁੰਦਾ ਰਾਜੇ ਤਾਂ ਆਪਣੇ ਕੋਲੇ 8 ਬੀ ਕੰਪਲੈਕਸ ਦੇ ਵਿਟਾਮਿਨ ਨੇ ਤੇ ਇੱਕ ਹੈਗੇ ਆ ਏ ਸੀ ਡੀ ਤੇ ਕੇ ਠੀਕ ਹੈ ਉਹ ਹੈਗੇ ਅਲੱਗ ਵਿਟਾਮਿਨ ਸਭ ਦੇ ਵਿਗਿਆਨਿਕ ਨਾਮ ਕੀ ਹੋਣਗੇ ਪੇਪਰ ਵਾਸਤੇ ਮਹੱਤਵਪੂਰਨ ਹੋਣਗੇ ਤੁਹਾਨੂੰ ਮੈਂ ਕਿਸੇ ਦਿਨ ਕੱਲੇ ਨਾਮ ਦੀ ਟ੍ਰਿਕ ਕਰਵਾ ਦੂੰਗਾ ਕਿ ਨਾਮ ਵਗੈਰਾ ਕਿੱਦਾਂ ਯਾਦ ਕਰਨੇ ਫਿਲਹਾਲ ਕਹਿੰਦਾ ਵਿਟਾਮਿਨ ਸੀ ਦੇ ਬਾਰੇ ਪੁੱਛ ਰਿਹਾ ਤਾਂ ਰਾਜੇ ਵਿਟਾਮਿਨ ਸੀ ਨੂੰ ਕਹਿ ਦਿੰਦੇ ਆ ਐਸਕੋਰਬਿਕ ਐਸਿਡ ਕਹਿ ਦਿੰਦੇ ਆ ਠੀਕ ਹੈ ਤਾਂ ਬਾਕੀਆਂ ਬਾਰੇ ਤੁਸੀਂ ਆਪਣੇ ਆਪ ਪੜ੍ਹ ਲਿਓ ਨੈਕਸਟ ਦੇਖਦੇ ਆ 3rd ਕੁਐਸਚਨ ਕਹਿੰਦਾ ਉਸ ਰੋਧ ਜਿੰਨਾ ਤੋਂ ਮਨੁੱਖ ਵਿਟਾਮਿਨ ਏ ਦੀ ਘਾਟ ਪੂਰੀ ਕਰ ਸਕਦਾ ਹੈ ਠੀਕ ਹੈ ਹੁਣ ਦੇਖੋ ਇਹਦੇ ਵਿੱਚ ਫੇਰ ਸਾਰੀਆਂ ਆਪਸ਼ਨਾਂ ਪੜ੍ਹਨੀਆਂ ਪੈਣੀਆਂ ਕਿਉਂਕਿ ਵਿਟਾਮਿਨ A ਦੀ ਘਾਟ ਦੇ ਸਰੋਤ ਪੁੱਛ ਰਿਹਾ ਤਾਂ ਇੱਥੇ ਨਾ ਚਾਉਂਦੇ ਹੋਵੇ ਮੈਨੂੰ ਪੜਨੀਆਂ ਪੈਣੀਆਂ ਰਾਜੇ ਸਾਰੀਆਂ ਆਪਸ਼ਨਾਂ ਕਹਿੰਦਾ ਪੀਲੇ ਸੰਤਰੀ ਫਲ ਪੱਤੇਦਾਰ ਸਬਜ਼ੀਆਂ ਮੱਛੀ ਅਤੇ ਜਿਗਰ ਦਾ ਮੀਟ ਜਾਂ ਉੱਪਰਲੇ ਸਾਰੇ ਤਾਂ ਰਾਜੇ ਸਾਰਿਆਂ ਤੋਂ ਹੀ ਮਿਲਦਾ ਤਾਂ ਰਾਈਟ ਆਨਸਰ ਕੀ ਹੋ ਜੂਗਾ ਡੀ ਇਹਨਾਂ ਸਾਰਿਆਂ ਦੇ ਵਿੱਚ A ਪਾਇਆ ਜਾਂਦਾ ਹੈ ਭਰਪੂਰ ਮਾਤਰਾ ਦੇ ਵਿੱਚ ਨੈਕਸਟ ਗੱਲ ਕਰਦੇ ਆਂ ਕਹਿੰਦਾ ਬੱਚਿਆਂ ਵਿੱਚ ਇੱਕ ਬਿਮਾਰੀ ਹੈ ਜੋ ਵਿਟਾਮਿਨ ਡੀ ਦੀ ਘਾਟ ਕਾਰਨ ਹੁੰਦੀ ਹੈ ਤਾਂ ਤੁਹਾਨੂੰ ਮੈਂ ਬਹੁਤ ਵਰ ਕਰਵਾਇਆ ਜਿਦੇ ਵਿੱਚ ਕੀ ਹੋ ਜਾਂਦੀਆਂ ਹੱਡੀਆਂ ਨਰਮ ਹੋ ਜਾਂਦੀਆਂ ਟੇਡੀਆਂ ਹੋ ਜਾਂਦੀਆਂ ਤਾਂ ਉਹਨੂੰ ਕਹਿੰਦੇ ਆ राजे ਰਿਕਟਸ ਦੀ ਬਿਮਾਰੀ ਹੁੰਦੀ ਹੈ ਜੇ ਵੱਡਿਆਂ ਦੇ ਵਿੱਚ ਗੱਲ ਕਰੂਗਾ ਤਾਂ ਓਸਟੋਮੈਸੀਆ ਹੁੰਦੀ ਹੈ ਠੀਕ ਹੈ ਉਹ ਮੈਂ ਅੱਗੇ ਜਾ ਕੇ ਕਰਵਾਉਂਗਾ ਸ਼ਾਇਦ ਕੁਐਸਚਨ ਵੀ ਆਊਗਾ ਫਿਲਹਾਲ ਬੱਚਿਆਂ ਦੀ ਗੱਲ ਕਰ ਰਿਹਾ ਤਾਂ ਬੱਚਿਆਂ ਦੇ ਵਿੱਚ ਹੁੰਦੀ ਹੈ ਰਿਕਟਸ ਨੈਕਸਟ ਗੱਲ ਕਰਦੇ ਆਂ ਕਹਿੰਦਾ ਵਿਟਾਮਿਨ ਡੀ ਦਾ ਕੁਦਰਤੀ ਸਰੋਤ ਕਿਹੜਾ ਹੈ ਤਾਂ ਤੁਹਾਨੂੰ ਪਤਾ ਹੈ ਜਿਹੜਾ ਸੂਰਜ ਹੈ ਉਸ ਤੋਂ ਕੀ ਬਣਦਾ ਵਿਟਾਮਿਨ ਡੀ ਬਣਦਾ ਜਿਹਨੂੰ ਕਹਿੰਦੇ ਨੇ ਦੇ ਸੂਰਜ ਤੋਂ ਯੂਵੀ ਯੂਵੀ ਦਾ ਮਤਲਬ ਕੀ ਹੈ ਅਲਟਰਾਵਾਇਲਟ ਰੇਜ਼ ਹੋ ਗਿਆ ਠੀਕ ਹੈ ਤਾਂ ਰਾਈਟ ਆਨਸਰ ਕੀ ਆ ਜਾਊਗਾ ਏ ਇਜ਼ ਦਾ ਰਾਈਟ ਆਨਸਰ ਨੈਕਸਟ ਗੱਲ ਕਰਦੇ ਆ ਸਕਰਵੀ ਕਹਿੰਦਾ ਦੇ ਲੱਛਣਾਂ ਵਿੱਚ ਸ਼ਾਮਿਲ ਹਨ ਕਹਿੰਦਾ ਸਕਰਵੀ ਰੋਗ ਦੇ ਵਿੱਚ ਕਿਹੜੇ ਕਿਹੜੇ ਚੀਜ਼ਾਂ ਸ਼ਾਮਿਲ ਨੇ ਹੁਣ ਫੇਰ ਸਾਰੀਆਂ ਆਪਸ਼ਨਾਂ ਪੜ੍ਹਨੀਆਂ ਪੜੀਆਂ ਇੱਥੇ ਕਹਿੰਦਾ ਜ਼ਖਮ ਦੇ ਹੌਲੀ-ਹੌਲੀ ਠੀਕ ਹੋਣਾ ਜੋਇੰਟ ਅਤੇ ਮਾਸਪੇਸ਼ੀਆਂ ਦੇ ਦਰਦ ਕਹਿੰਦਾ ਖੁਸ਼ਕ ਚੰਬੜੀ ਤੇ ਮਸੂੜਿਆਂ ਚ ਖੂਨ ਵਗਣਾ ਤਾਂ ਰਾਜੇ ਸਾਰੇ ਕੀ ਨੇ ਲੱਛਣ ਨੇ ਆਪਣੇ ਸਕਰਵੀ ਰੋਗ ਦੇ ਤਾਂ ਇਹਦੇ ਵਾਸਤੇ ਵੀ ਰਾਈਟ ਆਨਸਰ ਕੀ ਆ ਜਾਊਗਾ ਡੀ ਆ ਜਾਊਗਾ ਨੈਕਸਟ ਗੱਲ ਕਰਦੇ ਆਂ ਫਿਰ ਆ ਗਿਆ ਦੇਖੋ ਉਹੀ ਕੁਐਸਚਨ ਕਹਿੰਦਾ ਓਸਟੋਮਲੇਸੀਆ ਬਿਮਾਰੀ ਦਾ ਕੀ ਅਰਥ ਹੈ ਤਾਂ ਰਾਜੇ ਇਹ ਵੀ ਵਿਟਾਮਿਨ ਡੀ ਦੀ ਘਾਟ ਕਾਰਨ ਹੁੰਦੀ ਹੈ ਬੱਚਿਆਂ ਦੇ ਵਿੱਚ ਇਹਨੂੰ ਕਹਿ ਦਿੰਦੇ ਆ ਰਿਕਟਸ ਤੇ ਵੱਡਿਆਂ ਦੇ ਵਿੱਚ ਕੀ ਕਹਿ ਦਿੰਦੇ ਆ ਓਸਟੋਮਲੇਸੀਆ ਤਾਂ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਕੇ ਹਟਿਆ ਹੱਡੀਆਂ ਵਗੈਰਾ ਟੇਡੀਆਂ ਹੋ ਜਾਂਦੀਆਂ ਰਾਜੇ ਤਾਂ ਟੇਡੀਆਂ ਦਾ ਮਤਲਬ ਕੀ ਹੋ ਗਿਆ ਜਦੋਂ ਨਰਮ ਹੋ ਜਾਣਗੀਆਂ ਤਾਂ ਕੀ ਹੋ ਜਾਣਗੀਆਂ ਡਿੰਗੀਆਂ ਹੋ ਜਾਣਗੀਆਂ ਕਿਉਂਕਿ ਉਹ ਸਰੀਰ ਦਾ ਭਾਰ ਨਹੀਂ ਚੱਲ ਸਕਣਗੀਆਂ ਤਾਂ ਰਾਈਟ ਆਨਸਰ ਕੀ ਹੈ ਏ ਹੋ ਗਿਆ ਨੈਕਸਟ ਗੱਲ ਕਰਦੇ ਹਾਂ ਕਹਿੰਦਾ ਵਿਟਾਮਿਨ ਏ ਡੀ ਈ ਅਤੇ ਕੇ ਵਰਗੀਕਰਿਤ ਨੇ ਮਤਲਬ ਕਿਹੜੇ-ਕਿਹੜੇ ਗਰੁੱਪ ਦੇ ਵਿੱਚ ਆਉਂਦੇ ਨੇ ਠੀਕ ਹੈ ਤਾਂ ਇਹ ਜਿਹੜੇ ਰਾਜੇ ਆਪਣੇ ਸਾਰੇ ਵਿਟਾਮਿਨ ਹਨਾ ਏ ਡੀ ਕੇ ਵਗੈਰਾ ਇਹ ਸਾਰੇ ਕੀ ਨੇ ਰਾਜੇ ਆਕਸੀਜਨ ਦੇ ਨਾਲ ਕੁਲਣਸ਼ੀਲ ਵਿਟਾਮਿਨ ਨੇ ਤਾਂ ਕਿਦੇ ਵਿੱਚ ਆ ਜਾਣਗੇ ਇਹ ਇਹ ਆਪਣੇ ਬੀ ਦੇ ਵਿੱਚ ਆ ਜਾਣਗੇ ਠੀਕ ਹੈ ਕਿਉਂ ਇਹਨਾਂ ਨੂੰ ਪਤਾ ਕੀ ਗੱਲ ਆ ਬੇਸਿਕਲੀ ਇਹ ਨਾ ਆਪਣੇ ਕੀ ਹੁੰਦੇ ਆ ਚਰਬੀ ਦੇ ਨਾਲ ਘੁਲ ਜਾਂਦੇ ਆ ਤਾਂ ਚਰਬੀ ਦਾ ਮਤਲਬ ਕੀ ਆ ਜੇ ਤੁਸੀਂ ਆਪਾਂ ਆਕਸੀਜਨ ਵਗੈਰਾ ਲੈਂਦੇ ਆ ਤਾਂ ਆਪਣੇ ਸਰੀਰ ਦੇ ਵਿੱਚ ਕੀ ਜਾਂਦੇ ਨੇ ਸਮਾ ਜਾਂਦੇ ਨੇ ਠੀਕ ਹੈ ਨੈਕਸਟ ਦੇਖਦੇ ਆ ਕਹਿੰਦਾ ਚਿੱਟੇ ਲਹੂ ਦੇ ਸੈੱਲਾਂ ਦਾ ਕੰਮ ਸਰੀਰ ਦੇ ਕਿਸ ਪ੍ਰਣਾਲੀ ਦੇ ਵਿੱਚ ਏਜੰਟ ਦੇ ਵਜੋਂ ਕੰਮ ਕਰਨਾ ਹੈ ਤਾਂ ਤੁਹਾਨੂੰ ਦੱਸਿਆ ਮੈਂ ਜਿਹੜੇ ਵਾਈਟ ਬਲੱਡ ਸੈੱਲ ਹੁੰਦੇ ਆ ਆਪਣੇ ਸਰੀਰ ਦੇ ਵਿੱਚ ਐਂਟੀਬਾਡੀਜ਼ ਦਾ ਕੰਮ ਕਰਦੇ ਆ ਬਿਮਾਰੀਆਂ ਤੋਂ ਰੋਕਣ ਦੇ ਵਿੱਚ ਸਹਾਇੀ ਹੁੰਦੇ ਨੇ ਬੇਸਿਕਲੀ ਉਹਦੇ ਵਿੱਚ ਵੀ ਇੱਕ ਅੱਗੇ ਜਾ ਕੇ ਟੀ ਸੈੱਲ ਹੁੰਦੇ ਨੇ ਜਿਹੜੇ ਟੀ ਸੈੱਲ ਹੁੰਦੇ ਨੇ ਉਹ ਰੱਖਿਆ ਕਰਦੇ ਨੇ ਆਪਣੇ ਸਰੀਰ ਦੇ ਵਿੱਚ ਬਿਮਾਰੀਆਂ ਤੋਂ ਤਾਂ ਦੇਖੋ ਨਾਮ ਤੋਂ ਹੀ ਕਲੀਅਰ ਆ ਜਦੋਂ ਰੱਖਿਆ ਕਰਦੇ ਆ ਤਾਂ ਕਿਹੜੀ ਪ੍ਰਣਾਲੀ ਦੇ ਵਿੱਚ ਕੰਮ ਕਰਨਗੇ ਉਹ ਰੱਖਿਆ ਪ੍ਰਣਾਲੀ ਦੇ ਵਿੱਚ ਕੰਮ ਕਰਨਗੇ ਸੀ ਹੋ ਜਾਊਗਾ ਤੁਹਾਡਾ ਰਾਈਟ ਆਨਸਰ ਅੱਗੇ ਗੱਲ ਕਰਦੇ ਆ ਕਹਿੰਦਾ ਲਹੂ ਦੇ ਸੈੱਲ ਜੋ ਰੰਗਹੀਨ ਹੁੰਦੇ ਹਨ ਰੰਗਹੀਨ ਦਾ ਮਤਲਬ ਕਿ ਕੋਈ ਰੰਗ ਨਹੀਂ ਹੁੰਦਾ ਕੋਈ ਰੰਗਤ ਨਹੀਂ ਹੁੰਦੀ ਤਾਂ ਉਹਨਾਂ ਨੂੰ ਕੀ ਕਹਿੰਦੇ ਆ ਤੇ ਜਦੋਂ ਕੋਈ ਰੰਗ ਨਹੀਂ ਹੋਊਗਾ ਤਾਂ ਕੀ ਹੋ ਜਾਣਗੇ ਆਟੋਮੈਟਿਕਲੀ ਚਿੱਟੇ ਹੋ ਜਾਣਗੇ ਜਿਹਨੂੰ ਕਹ ਦਿੰਦੇ ਆ ਵਾਈਟ ਬਲੱਡ 셀 ਤਾਂ ਰਾਈਟ ਆਨਸਰ ਕੀ ਆਜੂਗਾ ਬਿਲਕੁਲ ਬੇਸਿਕ ਕੁਸ਼ਨ ਹੈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕਹਿੰਦਾ ਉਹ ਪ੍ਰਕਿਰਿਆ ਕਹਿੰਦਾ ਜਿਸ ਵਿੱਚ ਭੋਜਨ ਨੂੰ ਊਰਜਾ ਅਤੇ ਵਿਕਾਸ ਲਈ ਲੋੜਿੰਦੇ ਪਦਾਰਥਾਂ ਦੇ ਵਿੱਚ ਬਦਲਿਆ ਜਾਂਦਾ ਹੈ ਤਾਂ ਪ੍ਰਕਿਰਿਆ ਪੁੱਛ ਰਿਹਾ ਰਾਜੇ ਜਦੋਂ ਆਪਾਂ ਕੋਈ ਵੀ ਭੋਜਨ ਖਾਂਦੇ ਆ ਕਾਰਬੋਹਾਈਡਰੇਟਸ ਵਗੈਰਾ ਉਹ ਕਨਵਰਟ ਹੋ ਜਾਂਦੇ ਆ ਗਲੂਕੋਜ਼ ਦੇ ਵਿੱਚ ਉਹਦੇ ਬਾਰੇ ਪੁੱਛ ਰਿਹਾ ਕਹਿੰਦਾ ਉਹ ਪ੍ਰਕਿਰਿਆ ਦਾ ਨਾਮ ਕੀ ਹੈ ਤਾਂ ਰਾਜੇ ਉਹਦਾ ਨਾਮ ਹੈਗਾ ਆਪਾਂ ਕਹਿ ਦਿੰਨੇ ਆ ਪੋਸ਼ਣ ਠੀਕ ਹੈ ਨਿਊਟ੍ਰੀਐਂਟਸ ਕਹਿ ਦਿੰਦੇ ਆ ਇੱਕ ਪ੍ਰਕਿਰਿਆ ਜੀ ਦੇ ਵਿੱਚ ਕੀ ਆ ਭੋਜਨ એનર્ਜੀ ਦੇ ਵਿੱਚ ਬਦਲਦਾ ਹੈ ਤਾਂ ਰਾਈਟ ਆਨਸਰ ਕੀ ਹੋ ਜੂਗਾ ਏ ਹੋ ਜੂਗਾ ਨੈਕਸਟ ਕਹਿੰਦਾ ਕਹਿੰਦਾ ਮਨੁੱਖੀ ਸਰੀਰ ਦੇ ਵਿੱਚ ਮੌਜੂਦਾ ਸਭ ਤੋਂ ਛੋਟੇ ਸੈੱਲ ਕਿਹੜੇ ਨੇ ਤੇ ਹੁਣ ਇੱਥੇ ਕਈ ਬੰਦੇ ਕਨਫਿਊਜ਼ ਹੋਣਗੇ ਉਹਨਾਂ ਨੇ ਪੜ੍ਹਿਆ ਹੋਊਗਾ ਸਪਰਮ ਸੈੱਲ ਠੀਕ ਹੈ ਸ਼ਕਰਾਨੂ ਦੇ ਸੈੱਲ ਪਰ ਇਹ ਕੀ ਹੈ ਇੱਥੇ ਮਨੁੱਖੀ ਸਰੀਰ ਦੇ ਵਿੱਚ ਜਿਹੜੇ ਸਭ ਤੋਂ ਛੋਟੇ ਸੈੱਲ ਹੁੰਦੇ ਨੇ ਰਾਜੇ ਦਿਮਾਗ ਦੇ ਵਿੱਚ ਨਾ ਇੱਕ ਹੱਡੀ ਹੁੰਦੀ ਹੈ ਉਹਦੇ ਵਿੱਚ ਪਾਏ ਜਾਂਦੇ ਆ ਬੇਸਿਕਲੀ ਇਹਦਾ ਆਨਸਰ ਇੱਥੇ ਆਊਗਾ ਦਿਮਾਗ ਦੇ ਸੈੱਲ ਤੁਸੀਂ ਜਾ ਕੇ ਪੜ੍ਹ ਵੀ ਸਕਦੇ ਹੋ ਤੁਹਾਨੂੰ ਪੀਡੀਐਫ ਦੇ ਵਿੱਚ ਲਿਖਿਆ ਵੀ ਹੋਇਆ ਮੈਂ ਬਾਕੀ ਤੁਸੀਂ ਨੈਟ ਵਗੈਰਾ ਤੋਂ ਵੀ ਸਰਚ ਕਰ ਸਕਦੇ ਹੋ ਤਾਂ ਰਾਈਟ ਆਨਸਰ ਕੀ ਆਜੂਗਾ ਆਪਣਾ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਗੱਲ ਕਰਦੇ ਆਂ ਕਹਿੰਦਾ ਇੱਕ ਗ੍ਰੀਨ ਹਾਊਸ ਗੈਸ ਹੈ ਇਹ ਕਹਿੰਦਾ ਜੋ ਊਰਜਾ ਨੂੰ ਕੀ ਕਰਦੀ ਹੈ ਜਜਬ ਕਰਦੀ ਹੈ ਤੇ ਜਿਹਨੂੰ ਆਪਾਂ ਕਹਿ ਦਿੰਦੇ ਆ ਕੰਜ਼ਮ ਕੰਜ਼ਮ ਕਰਦੀ ਹੈ ਤੇ ਧਰਤੀ ਦੇ ਤਾਪਮਾਨ ਨੂੰ ਕੀ ਕਰਦੀ ਹੈ ਬਣਾਈ ਰੱਖਦੀ ਹੈ ਮਤਲਬ ਕੀ ਉਹਨੂੰ ਕੰਟਰੋਲ ਕਰਦੀ ਹੈ ਉਹਦੇ ਵਿੱਚ ਬੈਲੈਂਸ ਕ੍ਰੀਏਟ ਕਰਦੀ ਹੈ ਤਾਂ ਕਿਹੜੀ ਗੈਸ ਆ ਰਾਜੀ ਉਹ ਹੈਗੀ ਆਪਣੀ ਕਾਰਬਨ ਡਾਈਆਕਸਾਈਡ ਗੈਸ ਹੈ ਜਿਹੜੀ ਕੀ ਆ ਆਪਾਂ ਨੂੰ ਪੌਦਿਆਂ ਤੋਂ ਮਿਲਦੀ ਹੈ ਤਾਂ ਹੀ ਆਪਾਂ ਕਹਿੰਨੇ ਆ ਨਾ ਕਿ ਵੱਧ ਤੋਂ ਵੱਧ ਜੰਗਲ ਲਗਾਓ ਰੁੱਖਾਂ ਨੂੰ ਨਾ ਕੱਟੋ ਤਾਂ ਹੀ ਗਲੋਬਲ ਵਾਰਮਿੰਗ ਵਗੈਰਾ ਹੋ ਗਈ ਸੀ ਪਿੱਛੇ ਜੇ ਅਚਾਨਕ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਬਰਫ਼ ਪਿਗਲਣੀ ਸ਼ੁਰੂ ਹੋ ਗਈ ਸੀ ਨੈਕਸਟ ਗੱਲ ਕਰਦੇ ਆ ਕਹਿੰਦਾ ਆਕਸੀਜਨ ਕੀ ਹੈ ਤਾਂ ਜਿੱਥੇ ਵੀ ਨਹੀਂ ਵਾਲੀ ਜਾਂ ਉਪਰੋਕਤ ਵਾਲੀ ਆਪਸ਼ਨ ਪਈ ਹੋਊਗੀ ਸਾਰੇ ਪੜ੍ਹਨੇ ਜ਼ਰੂਰੀ ਹੋ ਜਾਂਦੇ ਆ ਕਹਿੰਦਾ ਸਵਾਦ ਤੋਂ ਰਹਿਤ ਰਾਈਟ ਹੈ ਬਦਬੂ ਤੋਂ ਰਹਿਤ ਕੋਈ 스멜 ਨਹੀਂ ਹੁੰਦੀ ਰੰਗਹੀਨ ਹੁੰਦੀ ਹੈ ਤਾਂ ਤਾਂ ਹੀ ਆਪਾਂ ਆਕਸੀਜਨ ਲੈਂਦੇ ਆ ਆਪਾਂ ਨੂੰ ਕੋਈ 스멜 ਥੋੜੀ ਆਉਂਦੀ ਆ ਕਿ ਆਪਾਂ ਨੂੰ ਸਾਹ ਲਿਆ ਤੇ ਆਪਾਂ ਨੂੰ ਕਹਿੰਦੇ ਯਾਰ ਖੱਟਾ ਸਾਹ ਆਇਆ ਮਿੱਠਾ ਸਾਹ ਆਇਆ ਇਦਾਂ ਤਾਂ ਨਹੀਂ ਨਾ ਕਹਿੰਦੇ ਤਾਂ ਰਾਈਟ ਆਨਸਰ ਕੀ ਹੋ ਜੂਗਾ ਡੀ ਰਾਈਟ ਆਨਸਰ ਹੋ ਜੂਗਾ ਠੀਕ ਹੈ ਨੈਕਸਟ ਗੱਲ ਕਰਦੇ ਆ ਕਹਿੰਦਾ ਦਿਲ ਨੂੰ ਕੀ ਕਿਹਾ ਜਾਂਦਾ ਹੈ ਮਾਸਪੇਸ਼ੀ ਪੰਪ ਕਿਹਾ ਜਾਂਦਾ ਠੀਕ ਹੈ ਤਾਂ ਰਾਈਟ ਆਨਸਰ ਕੀ ਆ ਜੂਗਾ ਰਾਜੇ ਜਿਹੜਾ ਦਿਲ ਹੁੰਦਾ ਨਾ ਆਪਣਾ ਬੇਸਿਕਲੀ ਮਾਸਪੇਸ਼ੀ ਹੁੰਦੀ ਹੈ ਤੇ ਖੂਨ ਨੂੰ ਕੀ ਕਰਦਾ ਇਹ ਪੰਪ ਕਰਦਾ ਤਾਂ ਰਾਈਟ ਆਨਸਰ ਕੀ ਆ ਜੂਗਾ ਆਪਣਾ ਮਾਸਪੇਸ਼ੀ ਪੰਪ ਆ ਜੂਗਾ ਤੁਹਾਨੂੰ ਕਨਫਿਊਜ਼ ਕਰਨ ਵਾਸਤੇ ਰਾਜੇ ਆਪਸ਼ਨਾਂ ਲਿਖੀਆਂ ਹੋਈਆਂ ਆ ਪੰਪਿੰਗ ਜੰਤਰ ਪੰਪਿੰਗ ਮਸ਼ੀਨ ਇਹਨੂੰ ਨਹੀਂ ਯਾਦ ਕਰਨਾ ਯਾਦ ਕਰਕੇ ਡਾਇਰੈਕਟ ਕੀ ਕਰਨਾ ਰਾਈਟ ਆਨਸਰ ਲਗਾਉਣਾ ਨੈਕਸਟ ਏਗਾ ਕਹਿੰਦਾ ਸਰੀਰ ਦੇ ਵਿੱਚ ਆਸਧਾਰਨ ਚਿੱਟੇ ਲਹੂ ਦੇ ਸੈੱਲਾਂ ਦਾ ਉਤਪਾਦਨ ਕਹਿੰਦਾ ਕਿਸ ਬਿਮਾਰੀ ਦੇ ਕਾਰਨ ਹੁੰਦਾ ਹੈ ਮਤਲਬ ਕਿ ਜਿਹੜੇ ਆਪਾਂ ਨੂੰ ਸੈੱਲ ਨਹੀਂ ਚਾਹੀਦੇ ਆਸਧਾਰਨ ਹੁੰਦੇ ਆ ਨਾਰਮਲ ਨਹੀਂ ਹੁੰਦੇ ਉਹ ਕਹਿੰਦਾ ਕਿਹੜੀ ਬਿਮਾਰੀ ਦਾ ਕਾਰਨ ਹੁੰਦਾ ਰਾਜੇ ਤਾਂ ਇਹ ਹੁੰਦਾ ਰਾਜੇ ਆਪਣਾ ਬਲੱਡ ਕੈਂਸਰ ਕਿਉਂਕਿ ਚਿੱਟੇ ਵਾਈਟ ਸੈੱਲ ਕਿਹਦੇ ਚ ਹੁੰਦੇ ਆ ਬਲੱਡ ਸੈੱਲ ਹੀ ਕਹਿੰਦੇ ਨਾ ਵਾਈਟ ਬਲੱਡ ਸੈੱਲ ਤਾਂ ਉਹਦੇ ਵਿੱਚ ਜਿਹੜੇ ਇਨਫੈਕਟਿਡ ਸੈੱਲ ਹੋਣਗੇ ਉਹ ਕੀ ਬਣ ਜਾਣਗੇ ਖੂਨ ਦਾ ਕੈਂਸਰ ਨੈਕਸਟ ਗੱਲ ਕਰਦੇ ਆਂ ਕਹਿੰਦਾ ਜੇ ਮਨੁੱਖੀ ਖੂਨ ਦੇ ਵਿੱਚ ਤਜਾਬ ਦੀ ਮਾਤਰਾ ਵੱਧ ਜਾਵੇ ਤਾਂ ਕੀ ਹੁੰਦਾ ਜੇ ਕਿਸੇ ਦਾ ਤਜਾਬ ਵੱਧ ਜਾਵੇ ਤਾਂ ਕੀ ਹੋ ਜਾਂਦਾ ਰਾਜੇ ਉਹਦੇ ਵਿੱਚ ਕੀ ਆ ਜਾਂਦੀ ਆ ਜਿਹੜੇ ਐਚ ਵੀ ਹੁੰਦਾ ਆਪਣਾ ਜਿਹਨੂੰ ਹੀਮੋਗਲੋਬਿਨ ਕਹਿ ਦਿੰਨੇ ਆਪਾਂ ਉਹਦੇ ਉਹ ਹੀਮੋਗਲੋਬਿਨ ਦਾ ਕੰਮ ਕੀ ਹੁੰਦਾ ਸਰੀਰ ਦੇ ਸਾਰੇ ਭਾਗਾਂ ਦੇ ਵਿੱਚ ਆਕਸੀਜਨ ਲੈ ਕੇ ਜਾਣੀ ਤਾਂ ਜਦੋਂ ਉਹਦੇ ਵਿੱਚ ਖੂਨ ਦੇ ਵਿੱਚ ਤਜਾਬ ਵੱਜੂਗਾ ਤਾਂ ਇਹਦੀ ਆਕਸੀਜਨ ਲਿਜਾਣ ਦੀ ਜਿਹੜੀ ਕਪੈਸਿਟੀ ਹੁੰਦੀ ਆ ਉਹ ਕੀ ਆ ਘਟ ਜਾਂਦੀ ਆ ਤਾਂ ਰਾਈਟ ਆਨਸਰ ਕੀ ਆਜੂਗਾ ਬੀ ਇਸ ਦਾ ਰਾਈਟ ਆਨਸਰ ਨੈਕਸਟ ਗੱਲ ਕਰਦੇ ਹਾਂ ਕਹਿੰਦਾ ਗਰਭ ਅਵਸਥਾ ਦੇ ਸ਼ੁਰੂਆਤੀ ਪੜਾਵਾਂ ਦੇ ਦੌਰਾਨ ਬੱਚੇ ਦਾ ਜਨਮ ਸਮੇਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ 8 ਲਿਖਿਆਂ ਵਿੱਚੋਂ ਸਭ ਤੋਂ ਜ਼ਰੂਰੀ ਪੋਸ਼ਟਿਕ ਤੱਤ ਕੀ ਨੇ ਮਤਲਬ ਕੀ ਹੈ ਰਾਜੇ ਜਦੋਂ ਕੋਈ ਮੰਨ ਲਓ ਕੋਈ ਲੇਡੀਜ਼ ਪ੍ਰੈਗਨੈਂਟ ਹੁੰਦੀ ਹੈ ਉਸ ਤੋਂ ਲੈ ਕੇ ਬੱਚੇ ਦੀ ਡਿਲੀਵਰੀ ਤੱਕ ਉਹਨੂੰ ਕਿਹੜੇ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਹੜੇ 8 ਲਿਖਿਆਂ ਆਪਸ਼ਨਾਂ ਦੇ ਵਿੱਚੋਂ ਤਾਂ ਉਹਨੂੰ ਰਾਜੇ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰਤ ਹੁੰਦੀ ਹੈ ਇੱਕ ਪ੍ਰੈਗਨੈਂਟ ਵੂਮੈਨ ਨੂੰ ਉਹ ਹੁੰਦੀ ਹੈ ਫੋਲਿਕ ਐਸਿਡ ਦੀ ਇਹ ਬੇਸਿਕਲੀ ਇੱਕ ਆਪਣੇ ਵਿਟਾਮਿਨ ਦਾ ਕੀ ਆ ਵਿਗਿਆਨਿਕ ਨਾਮ ਹੈ ਠੀਕ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਵੀ ਸਕਦੇ ਹੋ ਕਿ ਫੋਲਿਕ ਐਸਿਡ ਆ ਕਿਹੜੇ ਵਿਟਾਮਿਨ ਦਾ ਵਿਗਿਆਨਿਕ ਨਾਮ ਹੈ ਨੈਕਸਟ ਦੇਖਦੇ ਆਪਾਂ ਕਹਿੰਦਾ ਦੁਨੀਆ ਭਰ ਦੇ ਵਿੱਚ ਬੱਚਿਆਂ ਦੇ ਵਿੱਚ ਅੰਨਪੰਡਾ ਸਭ ਤੋਂ ਵੱਡਾ ਕਾਰਨ ਕਿਹੜਾ ਹੈ ਅੰਨਪੰਡਾ ਮਤਲਬ ਕੀ ਆ ਜਿਹੜੀ ਵਿਜ਼ਨ ਡਿਸੇਬਿਲਟੀ ਹੁੰਦੀ ਆ ਡੈਫੀਸ਼ੀਐਂਸੀ ਹੁੰਦੀ ਆ ਵਿਜ਼ਨ ਦੀ ਦੇਖਣ ਦੀ ਉਹ ਕਹਿੰਦਾ ਕਿਹੜੇ ਕਿਹਦੇ ਕਾਰਨ ਹੁੰਦੀ ਆ ਠੀਕ ਹੈ ਤੋ ਇਹ ਰਾਜੇ ਜਿਹੜੀ ਆਪਣੀ ਵਿਜ਼ਨ ਦੀ ਡੈਫੀਸ਼ੈਂਸੀ ਹੁੰਦੀ ਆ ਉਹ ਬਿਲਕੁਲ ਵਿਟਾਮਿਨ ਏ ਦੀ ਘਾਟ ਕਾਰਨ ਹੁੰਦੀ ਆ ਤਾਂ ਹੀ ਆਪਾਂ ਕਹਿੰਦੇ ਨੇ ਨਾ ਕਿ ਵਿਟਾਮਿਨ ਏ ਦੀ ਕਮੀ ਦੇ ਨਾਲ ਕੀ ਹੁੰਦਾ ਅੰਧਰਾਤਾ ਜਿਹਨੂੰ ਆਪਾਂ ਕਹਿੰਦੇ ਆ ਨਾਈਟ ਬਲਾਈਂਡਨੈਸ ਤੁਹਾਨੂੰ ਮੈਂ ਕਰਵਾਇਆ ਹੋਇਆ ਚੈਨਲ ਦੇ ਉੱਪਰ ਇੱਕ ਵੀਡੀਓ ਪਈ ਆ ਨਿਊਟ੍ਰੀਸ਼ਨ ਨਿਊਟ੍ਰੀਐਂਟ ਵਾਲੀ ਪਈ ਆ ਠੀਕ ਹੈ ਨਿਊਟ੍ਰੀਸ਼ਨ ਵਾਲੀ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਨੈਕਸਟ ਗੱਲ ਕਰਦਾ ਕਹਿੰਦਾ ਏ ਟ ਲਿਖਿਆਂ ਵਿੱਚੋਂ ਕਿਸ ਵਿਟਾਮਿਨ ਦੀ ਘਾਟ ਕਾਰਨ 베ਰੀ 베리 ਦਾ ਰੋਗ ਹੁੰਦਾ ਹੈ ਤਾਂ ਹੁਣ ਤੱਕ ਤੁਸੀਂ ਇਹੀ ਪੜਿਆ ਹੋਊਗਾ ਵਿਟਾਮਿਨ B ਦੀ ਘਾਟ ਕਾਰਨ ਹੁੰਦਾ ਪਰ ਜੇ ਦੇਖੋ ਥੋੜਾ ਜਿਹਾ ਕੰਪਲੈਕਸ ਪੇਪਰ ਆ ਗਿਆ ਤਾਂ B ਦੇ ਵਿੱਚ ਕਿੰਨੇ ਹੁੰਦੇ ਅੱਗੇ 8 ਵਿਟਾਮਿਨ ਹੁੰਦੇ ਨੇ B1 B2 ਹਨਾ ਤਾਂ B6 B9 ਤਾਂ ਐਦਾਂ ਪੁੱਛ ਲਿਆ ਹੁਣ ਕਹਿੰਦਾ ਕਿਹੜੇ ਵਿਟਾਮਿਨ ਦੀ ਘਾਟ ਕਾਰਨ ਹੁੰਦਾ 베ਰੀ 베리 ਦਾ ਰੋਗ ਤਾਂ ਯਾਦ ਰੱਖਿਓ ਜਿਹੜਾ ਵਿਟਾਮਿਨ B1 ਹੈ ਉਹਦੀ ਘਾਟ ਕਾਰਨ ਹੁੰਦਾ ਆਪਣਾ 베ਰੀ 베리 ਦਾ ਰੋਗ ਨੈਕਸਟ ਗੱਲ ਕਰਦੇ ਆਂ ਕਹਿੰਦਾ 8 ਲਿਖਿਆਂ ਵਿੱਚੋਂ ਕਿਹੜਾ ਇੱਕ ਚਰਬੀ ਦੇ ਨਾਲ ਘੁਲਣਸ਼ੀਲ ਵਿਟਾਮਿਨ ਹੈ ਤਾਂ ਰਾਜੇ ਚਰਬੀ ਦੇ ਨਾਲ ਕੁਲਣਸ਼ੀਲ ਦੀ ਗੱਲ ਕਰ ਰਿਹਾ ਤੁਹਾਨੂੰ ਮੈਂ ਦੱਸਿਆ ਸੀਗਾ ਪਾਣੀ ਨਾਲ ਦੋ ਹੀ ਵਿਟਾਮਿਨ ਕੁਲਣਸ਼ੀਲ ਨੇ ਠੀਕ ਹੈ ਉਹ ਕਿਹੜੇ-ਕਿਹੜੇ ਨੇ B ਤੇ C ਠੀਕ ਹੈ B ਦੇ ਸਾਰੇ ਜਿਹੜੇ 8 ਦੇ 8 ਉਹ ਪਾਣੀ 'ਚ ਕੁਲਣਸ਼ੀਲ ਨੇ ਚਾਹੀਓ B1 ਹੈ B12 ਹੈ B9 ਹੈ ਤਾਂ ਦੇਖੋ B ਤੇ C ਤਾਂ ਪਾਣੀ 'ਚ ਹੋ ਗਏ ਬਚਿਆ ਕਿਹੜਾ ਇੱਕ K ਵਾਲਾ ਤਾਂ K ਕੀ ਹੋਊਗਾ ਪਾਣੀ ਚਰਬੀ ਦੇ ਵਿੱਚ ਕੁਲਣਸ਼ੀਲ ਵਿਟਾਮਿਨ ਹੈ ਤਾਂ ਵੈਸੇ ਪੰਜ ਨੇ A B D ਤੇ K ਠੀਕ ਹੈ ਪੜ ਲਿਓ ਜਾ ਕੇ ਚਾਰ ਪੰਜ ਜਿਹੜੇ ਹੈਗੇ ਚਰਬੀ ਨਾਲ ਕੁਲਣਸ਼ੀਲ ਨੇ ਨੈਕਸਟ ਕਹਿੰਦਾ 8 ਲਿਖਿਆ ਵਿੱਚੋਂ ਕਹਿੰਦਾ ਕਿਹੜਾ ਵਿਟਾਮਿਨ ਹਾਰਮੋਨ ਦਾ ਕੰਮ ਕਰਦਾ ਹੈ ਬਹੁਤ ਵਧੀਆ ਕੁਸ਼ਚਨ ਹੈ ਰਾਜੇ ਕਿਹੜਾ ਵਿਟਾਮਿਨ ਹਾਰਮੋਨ ਦਾ ਕੰਮ ਕਰਦਾ ਹੈ ਤਾਂ ਵਿਟਾਮਿਨ ਡੀ ਆ ਜਿਹੜਾ ਆਪਣੇ ਸਰੀਰ ਦੇ ਵਿੱਚ ਇੱਕ ਹਾਰਮੋਨਸ ਦਾ ਕੰਮ ਕਰਦਾ ਹੈ ਨੈਕਸਟ ਦੇਖਦੇ ਹਾਂ ਕਹਿੰਦਾ 8 ਲਿਖਿਆ ਵਿੱਚੋਂ ਕਿਹੜਾ ਸਰੋਤ ਵਿਟਾਮਿਨ ਏ ਦਾ ਸਰਬੋਤਮ ਸਰੋਤ ਹੈ ਮਤਲਬ ਸਭ ਤੋਂ ਵੱਧ ਵਿਟਾਮਿਨ ਜਿਹੜਾ ਏ ਆ ਉਹ ਕਿਹਦੇ ਵਿੱਚ ਪਾਇਆ ਜਾਂਦਾ ਹੈ ਤਾਂ ਰਾਜੇ ਜਿਵੇਂ ਜਿਹਨੂੰ ਆਪਾਂ ਕਹਿ ਦਿੰਦੇ ਆ ਸਵੀਟ ਪੋਟੇਟੋ ਤਾਂ ਪੰਜਾਬੀ ਵਿੱਚ ਕਹਿ ਦਿੰਦੇ ਆ ਉਹਨੂੰ ਸ਼ਕਰਗੰਧ ਠੀਕ ਹੈ ਤਾਂ ਉਹਦੇ ਵਿੱਚ ਮਿੱਠੇ ਆਲੂ ਜਿਹਨੂੰ ਕਹਿੰਦੇ ਆ ਪੰਜਾਬੀ ਦੇ ਵਿੱਚ ਮਿੱਠੇ ਆਲੂਆਂ ਦੇ ਵਿੱਚ ਸਭ ਤੋਂ ਵੱਧ ਕੀ ਪਾਇਆ ਜਾਂਦਾ ਆਪਣਾ ਵਿਟਾਮਿਨ ਏ ਪਾਇਆ ਜਾਂਦਾ ਹੈ। ਨੈਕਸਟ ਕੁਐਸਚਨ ਹੈ ਕਹਿੰਦਾ ਨਿਮਨ ਲਿਖਤ ਵਿੱਚੋਂ ਕਿਹੜਾ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਹੈ? ਤਾਂ ਰਾਜ ਜੀ ਤੁਹਾਨੂੰ ਮੈਂ ਦੱਸਿਆ ਹੀ ਆ ਕਿ B ਤੇ C ਆ ਚਾਹੇ B1 ਹੈ, C ਹੈ, B2 ਹੈ, B12 ਹੈ, B9 ਹੈ। ਤਾਂ ਇੱਥੇ ਕੀ ਆ ਜਾਊਗਾ ਆਪਸ਼ਨ? ਰਾਈਟ ਆਨਸਰ ਸਾਰੇ ਆ ਜਾਣਗੇ। ਠੀਕ ਹੈ? ਨੈਕਸਟ ਦੇਖਦੇ ਆਂ ਲਾਸਟ ਕੁਐਸਚਨ ਕਹਿੰਦਾ ਮਾਸਪੇਸ਼ੀ ਦੇ ਵਿੱਚ ਕਮਜ਼ੋਰੀ ਅਤੇ ਲਾਲ ਲਹੂ ਦੇ ਸੈੱਲਾਂ ਦੀ ਕਮਜ਼ੋਰੀ ਵਿੱਚ ਵਾਧਾ ਡੈਸ਼ ਦੇ ਕਾਰਨ ਹੁੰਦਾ ਠੀਕ ਹੈ ਰੈੱਡ ਬਲੱਡ ਸੈੱਲ ਘਟ ਜਾਂਦੇ ਆ ਤੇ ਨਾਲ ਹੀ ਉਹਨਾਂ ਦੀ ਕਮਜ਼ੋਰੀ ਆ ਜਾਂਦੀ ਆ ਕਹਿੰਦਾ ਕਿਹਦੇ ਕਾਰਨ ਕਰਕੇ ਹੁੰਦੀ ਆ ਤਾਂ ਰਾਈਟ ਆਨਸਰ ਹੈਗਾ ਰਾਜੇ ਵਿਟਾਮਿਨ E ਦੀ ਘਾਟ ਕਰਕੇ ਠੀਕ ਹੈ ਤਾਂ ਯਾਦ ਰੱਖਿਓ ਇਹ ਸੀਗੇ ਤੁਹਾਡੇ ਅੱਜ ਦੇ 25 ਕੁਐਸਚਨ ਲਾਸਟ ਕੁਐਸਚਨ ਦਾ ਤੁਸੀਂ ਜਵਾਬ ਆਪਣੇ ਆਪ ਦੇਖ ਕੇ ਜਾਣਾ ਤੇ ਆਪਣਾ ਰੈਂਕ ਵੀ ਲਿਖ ਕੇ ਜਾਣਾ ਕਿ ਤੁਹਾਡੇ ਕਿੰਨੇ ਕੁਐਸਚਨ ਸਹੀ ਹੋਏ ਆ ਠੀਕ ਹੈ ਵਿਟਾਮਿਨ ਕੇ ਦਾ ਵਿਗਿਆਨਿਕ ਨਾਮ ਕੀ ਹੈ ਤੁਸੀਂ ਦੱਸਣਾ ਹੈ ਐਸਕੋਰਬਿਕ ਐਸਿਡ ਹੈ ਫਾਈਟੋਨਾਈਡੋਨ ਹੈ ਟੋਕੋਫਰੋਲ ਹੈ ਜਾਂ ਪੈਂਟੋਥੈਨਿਕ ਐਸਿਡ ਹੈ ਤਾਂ ਭਾਈ ਤੁਸੀਂ ਰਾਈਟ ਆਨਸਰ ਲਿਖ ਸਕਦੇ ਹੋ ਤੇ ਜੇ ਤੁਹਾਨੂੰ ਨਾ ਪਤਾ ਹੋਇਆ ਤਾਂ ਮੈਂ ਕਮੈਂਟ ਬਾਕਸ ਦੇ ਵਿੱਚ ਲਿਖ ਦੂੰਗਾ ਧੰਨਵਾਦ ਸਰਬਤ ਦਾ ਭਲਾ ਬਾਬਾ ਮੇਰ ਕਰੇ ਸਭ ਤੇ ਮਿਲਦੇ ਆ ਇੱਕ ਜਲਦੀ ਨਵੀਂ ਵੀਡੀਓ ਦੇ ਨਾਲ